ਤਜਰਬਾ ਮੇਰਾ ਸਾਹ ਡਾਕਟਰ ਲਿਖਦਾ ਹੈ ਕਿ ਸੁਬਹ ਖਾਲੀ ਪੇਟ ਪਾਣੀ ਪੀਆ ਕਰੇ, ਆਦਤ ਡਾਲੇ। ਅੱਛਾ, ਖੈਰ ਮੈਂ ਪੀਂਦਾ ਰਿਹਾ ਇੱਕ ਅਰਸੇ ਤੱਕ, ਪੀਂਦਾ ਰਿਹਾ ਪੀਂਦਾ ਰਿਹਾ, ਬਸ ਖਸਰਦਾ ਗਿਆ ਖਸਰਦਾ ਗਿਆ ਖਸਰਦਾ ਗਿਆ। ਜਦੋਂ ਤਾਇਰਾ ਦੀ ਸ਼ਾਦੀ ਉਸ ਸਮੇਂ ਖਸਰ ਗਿਆ, ਮੇਰੀ ਹਿੰਮਤ ਨਹੀਂ ਹੈ ਕਿ ਮੈਂ ਸ਼ਾਦੀ ਹੀ ਜਾ ਸਕਾਂ। ਪੂਰੀ ਤਫਸੀਲ ਲਿਖੀ ਦੀ ਹੈ, ਯੇ ਅੰਗਰੇਜ਼ੋ ਨੇ ਡਾਕਟਰ ਕੀ ਮਦਦ ਸੇ ਮੁਸਲਮਾਨੋ ਕੇ ਅੰਦਰ ਯੇ ਬਿਮਾਰੀ ਜਾਰੀ ਕੀ ਹੈ। ਚਾਹਤੇ ਥੇ ਕਿ ਮੁਸਲਮਾਨ ਜਿਸਮਾਨੀ ਇਤਬਾਰ ਸੇ ਨਕਾਰਾ ਹੋ ਜਾਏ, ਮੁਸਲਮਾਨ ਜਿਸਮਾਨੀ ਇਤਬਾਰ ਸੇ ਖਤਮ ਹੋ ਜਾਏ, ਔਰ ਉਹਨੇ ਇਹ ਲਾਜ਼ਮੀ ਕਰਾਰ ਦਿਆ ਕਿ ਇਹ ਪਾਣੀ ਪੀਏ, ਔਰ ਜੋ ਲੋਕ ਪਾਣੀ ਪੀਏਗੇ ਉਹ ਜਿਸਮਾਨੀ ਤੌਰ 'ਤੇ ਖਤਮ ਹੋ ਜਾਏਗੇ। ਕਦੀ ਖਾਲੀ ਪੇਟ ਪਾਣੀ ਨਹੀਂ ਪੀਣਾ ਚਾਹੀਦਾ, ਇਹ ਸਾਜਿਸ਼ ਹੈ ਜੋ ਕਿ ਸਾਜਿਸ਼ ਹੈ ਮੁਸਲਮਾਨੋ ਕੇ ਖਿਲਾਫ, ਇਸ ਸੇ ਬਚਣਾ ਚਾਹੀਏ। ਹਮਾਰੇ ਨਬੀ ਨੇ ਐਸੀ ਕੋਈ ਬਾਤ ਨਹੀਂ ਇਰਸ਼ਾਦ ਫਰਮਾਈ। ਮੈਂ ਪੜ੍ਹਨਾ ਤਾਂ ਬਸ ਉਹਨੂੰ ਹੋਸ਼ ਆ ਗਿਆ, ਉਸ ਦਿਨ ਤਾਂ ਮੈਂ ਪਾਣੀ ਛੋੜਿਆ ਤਾਂ ਮੈਂ ਚੰਗਾ ਪਰ ਉਸ ਨਾਲ ਥੋੜ੍ਹੇ ਸਮਝਣ ਦੀ ਗੱਲ ਆ ਕਿ ਜਸ਼ਪੁਰ ਤੋਂ ਬਾਖਲ ਤੱਕ 10 ਘੰਟੇ ਲਗਾਤਾਰ ਪੈਦਲ ਸਫ਼ਰ, ਪਾਣੀ ਨਹੀਂ ਪੀਤਾ, ਦਰਮਿਆਨ ਦੇ ਪਾਣੀ ਨਹੀਂ ਪੀਤਾ ਕਿਸੇ 'ਚ, ਉਹ ਪੀਤਿਆ ਜਾਂ ਨਹੀਂ ਪੀਤਿਆ ਇਹ ਅਲੱਗ ਬਾਤ ਹੈ। ਇੱਕ ਉਹ ਵਕਤ ਆਇਆ ਕਿ ਮੈਂ ਤਾਇਰਾ ਦੀ ਸ਼ਾਦੀ ਵੀ ਅਚਾਨਕ ਬੇਵਸ ਹੈ, ਇੱਕ ਉਹ ਵਕਤ ਆਇਆ ਕਿ 10 ਘੰਟੇ ਪੈਦਲ ਸਫ਼ਰ ਕੀਤਾ, ਪਾਣੀ ਛੋੜਿਆ ਤਾਂ ਮੈਨੂੰ ਧੀ ਮਦਰ ਛੁੱਟੀ। ਅਸ਼ਮ ਸਾਹਿਬ ਥਾਨ ਇਹ ਲਿਖਦੇ ਨੇ ਕਿ ਬੁੜੋ ਕੋ ਚਾਹੀਏ ਕਿ ਉਹ ਦੂਧ ਔਰ ਘੀ ਕਾ ਇਸਤੇਮਾਲ ਪਸੰਦ ਕਰੇ। ਜਿਹੜੀ ਗੱਲ ਉਹ ਆਖਦੇ ਨੇ ਆਖਰੀ ਹਥਨੀ ਹੈ, ਡਾਕਟਰ ਜਾਏ ਮੁਸਲਮਾਨ ਦਾ ਦੁਸ਼ਮਣ ਹੈ। ਹਾਂ ਇਹ ਗੱਲ ਹੈ ਕਿ ਗਰਮੀ ਵਾਲੀ ਠੀਕ ਹੈ ਬਈ, ਜੰਡਸ ਹੋ ਗਿਆ ਜੰਡਸ ਔਰ ਦੁੱਧ ਦੇ ਬਾਰੇ ਤੋਂ ਲਿਖਦੇ ਕਿ ਦੁੱਧ ਕੇ ਬਾਰੇ ਮੈਂ ਕਿ ਜੋ ਆਦਮੀ ਦੁੱਧ ਮੈਂ ਸੁਬੋ ਐਸੇ ਮਰੋੜ ਕੇ ਲਿਖਿਆ ਸੀ, ਉਸੇ ਮੈਦੇ ਕੀ ਬਿਮਾਰੀ ਕਦੀ ਲੱਗ ਹੀ ਨਹੀਂ ਸਕਦੀ। ਬਸ ਉਹ ਇਹ ਚੱਕਰ ਸੀ ਨਾ, ਵੈਸੇ ਕੁਵਤ ਇਹੀ ਹੈ ਕਿ ਮਲਾਈ ਮੰਗੇ ਤਾਂ ਆਏ ਨਾਲ ਹੀ ਹੈ, ਦੁੱਧ ਨੂੰ ਖਤਮ ਕਰਨ ਵਾਸਤੇ ਚਾਹ ਚਾਹ ਸ਼ੁਰੂ ਕਰਵਾਈ। ਹਕੂਮਤ ਇਹਨੂੰ ਟਾਸਕ ਦਿੱਤਿਆ ਕਿ ਤੁਸੀਂ ਅੰਗਰੇਜ਼ੀ ਹਕੂਮਤ ਨੇ ਟਾਸਕ ਦਿੱਤਿਆ ਇਹ ਲਾਰਡ ਮੇਕਾਲੇ ਨੂੰ, ਬੜਾ ਦਹੀਨ ਆਦਮੀ ਹੈ, ਇਸਨੂੰ ਟਾਸਕ ਦਿੱਤਿਆ ਕਿ ਤੂੰ ਹੁਣ ਐਸੀ ਸਕੀਮ ਬਣਾ ਕਿ ਮੁਸਲਮਾਨ ਕੌਮ ਜਿਹੜੀ ਹੈ ਜਿਸਮਾਨੀ ਇਤਬਾਰ ਨਾਲ ਖਸਰ ਜਾਏ। ਇਹ ਬਹੁਤ ਤਾਕਤਵਰ ਹੁੰਦੇ ਹੈ ਨਾ, ਕੀ ਮੱਖਣ ਖਾਂਦੇ ਹੁੰਦੇ ਹੈ, ਚਾਹ ਆਉਂਦੀ ਹੈ ਜੀ, ਕੀ ਮੱਖਣ ਕੀ ਜਾਂਦਾ ਹੈ, ਆਬਾਦੀ ਬਹੁਤ ਕੰਮ ਹੈ ਜੀ, ਹਰ ਘਰ ਵੀ ਨਾ 8-10 ਚੁੱਖ ਹੈ ਜੀ, ਅਤੇ ਤਾਂ ਦੁੱਧ ਨਾਲ ਕਿਹਦੇ ਸਵਾਲਾਂ ਨਾਲ ਜ਼ਿਆਦਾ ਗਰਮੀ ਤਾਂ ਦੁੱਧ ਖਾਣ, ਦਾਸੀ ਖਾਣ, ਕੀ ਮੱਖਣ ਖਾਣ, ਸੰਤਾਂ ਇਹਨਾਂ ਅੰਗਰੇਜ਼ ਆਏ ਜਦੋਂ ਉਹਨਾਂ ਦੇਖੇ ਵੀ ਤਾਂ ਇਹਨਾਂ ਨਾਲ ਤਾਂ ਸਕੂਲ ਨਹੀਂ ਪਾ ਸਕਦੇ, ਇਹਨਾਂ ਨਾਲ ਸਕੂਲ ਨਹੀਂ ਪਾ ਸਕਦੇ ਇਹਨਾਂ ਕੌਮਾਂ ਨੂੰ, ਇਸ ਕੌਮ ਨੂੰ ਅਸੀਂ ਜਿਸਮਾਨੀ ਤੌਰ ਨਾਲ ਕਰ ਸਕਾਂ ਤਾਂ ਫਿਰ ਜਾ ਕੇ ਇਹਨਾਂ ਦਾ ਮੁਕਾਬਲਾ ਕਰ ਸਕਾਂ।
ਉਸ ਨੂੰ ਲਾਡ ਮੇ ਕਾਹਨੇ ਉਠਾ ਸਕਦੇ ਕਿ ਤੂੰ ਸੋਚ ਕੇ ਕਿਸੇ ਤਰ੍ਹਾਂ ਪਿੱਛੇ ਜਾਣ ਦਿਓ ਜਾਣ ਦਿਓ ਨਹੀਂ ਇਹ ਤਾਂ ਛੋੜ ਮੇਰੀ ਛੋੜ ਲੈਣ ਦੇ ਸਾਬਨ ਸ਼ਾਬਨ ਨਹੀਂ ਦੇਖਣੀ ਹੈ ਹੈ ਸਭ ਨਹੀਂ ਆਉਂਦਾ ਨਹੀਂ ਆਉਂਦਾ ਕਿਸ ਨਾਲ ਲੀ ਹਕੂਮਤ ਜਗ੍ਹਾ ਜਾਓ ਫਿਰ ਕਾਇਮ ਕਰਾ ਹਕੂਮਤ ਉੱਥੇ ਚਾਹ ਬਣਾਇਆ ਪਾਣੀ ਰੱਖਿਆ ਦੇਸ਼ਕੀ ਵਿੱਚ ਦੇਸ਼ਕੀ ਚੁੱਲ੍ਹੇ ਉੱਪਰ ਰੱਖਿਆ ਉਸ ਤੋਂ ਬਾਅਦ ਚੀਨੀ ਪਾਏ ਪੱਤੀ ਪਾਏ ਦੁੱਧ ਪਾਏ ਦੁੱਧ ਖੂਬ ਪਾਏ ਉਹ ਜ਼ਿਆਦਾ ਮੁਸਲਮਾਨ ਨੂੰ ਦਸ ਦਸ ਕੇ ਪਾ ਉਸ ਨੂੰ ਮਜ਼ਾ ਲੈ ਲੈ ਕੇ ਆਪ ਹੀ ਪੀ ਅਸ ਪੀ ਫਿਰ ਉਹਨੂੰ ਬੜੀ ਮੁਹੱਬਤ ਆ ਇਹ ਕੰਮ ਕਰਨਾ ਤਾਂ ਸੀ ਅਰਸੇ ਤੱਕ ਖਰਚਾ ਵੀ ਕਰਨਾ ਤਾਂ ਸੀ ਤਾਂ ਬੜੇ ਮੁਹੱਬਤ ਔਰ ਪਿਆਰ ਨਾਲ ਬੁਲਾਉਣਾ ਪਿਆ ਸੀ ਤਾਂ ਇਹ ਕੰਮ ਕਰਨਾ ਪਿਆ ਸੀ ਕੋਸ਼ਿਸ਼ ਇਹ ਕਰੋ ਕਿ ਉਹਨਾਂ ਦੇ ਸਾਹਮਣੇ ਕੰਮ ਕਰੋ ਚਾਹੇ ਉਹਨਾਂ ਸਾਹਮਣੇ ਤਿਆਰ ਕਰੋ ਤਾਂ ਕਿ ਉਹਨੂੰ ਅਟਕ ਲਾ ਤਾਂ ਜਿਸ ਵੇਲੇ ਚੱਲ ਗਈ ਨਾ ਅੱਛੇ ਤਰੀਕੇ ਨਾਲ ਇਹ ਤੁਸ ਤਸੱਲੀ ਰੱਖੋਗੇ ਇਹ ਬਿਲਕੁਲ ਜਿੰਦੇ ਜਿੰਦਾ ਲਾਸ਼ਾਂ ਬਣ ਜਾ ਸਨ ਇਹ ਕਿਸੇ ਕੰਮ ਦੇ ਰਹਿਣ ਇਹ ਪੀਲੇ ਨਾਲ ਅੱਜ ਕੇ ਰੁੰਡੇ ਵਾਲੇ ਕਿਉਂਕਿ ਘੀ ਨੂੰ ਨਜ਼ਰੀਆ ਨਹੀਂ ਆਉਣ ਲੱਗਿਆ ਮੱਖਣ ਨਜ਼ਰੀਆ ਨਹੀਂ ਆਉਣ ਲੱਗਿਆ ਲੱਸੀ ਨਜ਼ਰੀਆ ਨਹੀਂ ਆਉਣ ਲੱਗੀ ਤੂੰ ਸਾਰਾ ਚਾਹ ਵੀ ਜਾ ਸੀ ਇਹਨੂੰ ਕਿਤਾਬ ਕਿਧਰੋਂ ਆ ਸੀ ਔਰ ਫਿਰ ਉਹਦਾ ਨਤੀਜਾ ਦੇਖੋ ਅੰਗਰੇਜ਼ ਨੇ ਡਾਕਟਰ ਇਸਤੇਮਾਲ ਕੀਤਾ ਡਾਕਟਰ ਜੋੜਾਂ ਵੀ ਬੈਠਦਾ ਅੱਛੇ ਲੋਕ ਵੀ ਜਾਂਦੇ ਇਸ ਸ਼ੱਕ ਨਹੀਂ ਹੈ ਇਹ ਨਹੀਂ ਕਿ ਸਾਰੇ ਬੁਰੇ ਆਉਂਦੇ ਹਨ ਅੱਛੇ ਲੋਕ ਹੈ ਨਾ ਤਾਂ ਉਸ ਡਾਕਟਰ ਕੋਲ ਡਾਕਟਰ ਕੋਲ ਲੈ ਕੇ ਡਾਕਟਰ ਮਾਇਰ ਆ ਉਸ ਡਾਕਟਰ ਨੂੰ ਉਸ ਡਾਕਟਰ ਉਸਦੇ ਵਰਸਾਨ ਨੇ ਦੱਸਿਆ ਕਿ ਇਹ ਕੰਮ ਕਰੋ ਇਸ ਨੂੰ ਉਲਟਾ ਸੁਲਾਓ ਇਹਦੇ ਵਿੱਚ ਚੰਗਾ ਭਲਾ ਹੋ ਰਿਹਾ ਸੀ ਟਿੱਕੇ ਬਿਮਾਰੀ ਪੇਟ ਦੀ ਬਿਮਾਰੀ ਚੰਗਾ ਭਲਾ ਹੋ ਗਿਆ ਫਿਰ ਕੁਛ ਅਰਸੇ ਤੋਂ ਬਾਅਦ ਉਸ ਬੱਚੇ ਨੂੰ ਦੁਬਾਰਾ ਲੈ ਕੇ ਉਸ ਕੋਲ ਗਏ ਕੋਈ ਹੋਰ ਮਰਜ਼ ਆਇਆ ਉਸ ਵਕਤ ਵੀ ਉਸਨੇ ਕੋਈ ਟੈਕਨੀਕਲ ਟੈਕਨੀਕ ਦੱਸੀ ਇਹ ਕਰੋ ਬੱਚਾ ਠੀਕ ਹੋ ਜਾਂਦਾ ਸੀ ਉਹਨੇ ਉਸਦਾ ਵੀ ਇਹ ਕੰਮ ਕੀਤਾ ਕੋਈ ਦਵਾਈ ਨਹੀਂ ਡਾਕਟਰ ਦਵਾਈ ਦੇ ਨਹੀਂ ਬੱਚੇ ਕੋਲ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ ਉਹ ਇੰਤਹਾ ਹੀ ਮਜਬੂਰੀ ਦੀ ਸੂਰਤ ਹੈ ਬੱਚੇ ਕੋਲ ਦਵਾਈ ਦੇ ਜੇ ਕੋਈ ਹੋਰ ਚਾਰਾ ਨਾ ਹੋ ਤਾਂ ਉਸ ਨਾਲ ਤਜਵੀਜ਼ ਜਿਹੜੀ ਦਿੱਤੀ ਉਸ ਬੱਚਾ ਚੰਗਾ ਪਤਾ ਤੀ ਦਫ਼ਾ ਕੁਛ ਅਰਸੇ ਬਾਅਦ ਫਿਰ ਉਹ ਬੱਚਾ ਖੜਿਆ ਉਹਨਾਂ ਕੋਲ ਡਾਕਟਰ ਸਾਹਿਬ ਇਸ ਬੱਚੇ ਦੇ ਦੰਦ ਨਿਕਲਦੇ ਹਨ ਅਤੇ ਤੁਹਾਨੂੰ ਪਤਾ ਹੋ ਸੀ ਨਾ ਬੱਚੇ ਦੇ ਦੰਦ ਜਦੋਂ ਨਿਕਲਦੇ ਹਨ ਤਾਂ ਬੱਚੇ ਨੂੰ ਬੇਜਸ ਲੱਗਦਾ ਹੈ ਡਾਕਟਰ ਆਖਦਾ ਮੈਨੂੰ ਬਿਲਕੁਲ ਇਸ ਚੀਜ਼ ਦਾ ਪਤਾ ਨਹੀਂ ਹੈ ਮੈਂ ਨਹੀਂ ਜਾਣਦਾ ਇਹ ਗੱਲ ਆਉਂਦੀ ਹੈ ਨਹੀਂ ਉਸ ਵਕਤ ਮਾਹੌਰ ਮਾਵਰੀ ਜਿਹੜੀਆਂ ਉਸ ਵਕਤ ਗੰਦੇ ਬੰਦੇ ਹੱਥ ਲਾਉਂਦੀਆਂ ਛੋਟਾ ਗੰਦਾ ਜਰਾਸੀਮ ਬੱਚੇ ਦੇ ਮੈਂ ਦੇਖ ਔਰ ਬੱਚੇ ਨੂੰ ਅੱਗੇ ਅੰਦਰ ਮਸਾਇਲ ਪੈਦਾ ਹੋ ਜਾਂਦਾ ਉਸ ਆਖਦੇ ਅਜੇ ਡਾਕਟਰੀ ਸਮਾਨੇ ਲੱਭਦੇ ਕਿਹੜੇ ਅਜੇ ਲੋਕ ਆਉਂਦੇ ਨਾ